ਸასიਖਾਲ ਦੋਸਤੋ ਅੱਜ ਆਜੀ 7 ਦਸੰਬਰ 2023 ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੇ ਬਾਸਮਤੀ ਦੇ ਕੀ ਭਾ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਮਾਨਸਾ ਦੀ ਬਰੇਟਾ ਮੰਡੀ ਦੇ ਵੱਲ ਜਿੱਥੇ ਅੱਜ 11 21 ਦਾ ਭਾ ਜੜਾ ਰਿਹਾ ਉਹ 4975 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਗੱਲ ਜੇਕਰ ਗੱਲ ਕਰੀਏ ਕੋਟਕਪੂਰਾ ਮੰਡੀ ਦੀ ਤਾਂ ਇੱਥੇ ਜਿਹੜਾ 1401 ਦਾ ਭਾ ਰਿਹਾ ਉਹ 4600 80 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 18 47 ਦਾ ਭਾਅ ਸੀ ਜਿਹੜਾ ਉਹ 3855 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਭਾਅ ਸੀ ਜਿਹੜਾ ਉਹ 4745 ਰੁਪਏ ਪ੍ਰਤੀ ਕੁਆਂਟਲ ਰਿਹਾ ਦੇ ਨਾਲ ਹੀ ਤਰਨਤਾਰਨ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 11 21 ਦਾ ਭਾਜੜਾ ਕੰਬਾਈਨ ਨਾਲ ਕੱਟੀ ਹੋਈ ਦਾ 5150 ਰੁਪਏ ਪ੍ਰਤੀ ਕੁਆਂਟਲ ਤੇ ਹੱਥ ਨਾਲ ਕੱਟੀ ਦਾ ਭਾਜੜਾ ਰਿਹਾ ਉਹ 5380 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾਜੜਾ ਰਿਹਾ ਉਹ 4850 ਰੁਪਏ ਪ੍ਰਤੀ ਕੁਆਂਟਲ ਤੇ ਹੱਥ ਨਾਲ ਕਟਾਈ ਕੀਤੀ ਦਾ 5085 ਰੁਪਏ ਪ੍ਰਤੀ ਕੁਆਂਟਲ ਰਿਹਾ ਪੀ 7 ਦੇ ਭਾਜੜੇ ਜੇਕਰ ਗੱਲ ਕਰੀਏ ਤਾਂ 4550 ਰੁਪਏ ਪ੍ਰਤੀ ਕੁਆਂਟਲ ਤੇ 1401 ਦਾ ਭਾਜੜਾ 4200 4700 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦੇ ਭਾਅ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਜਿਹੜਾ 1509 ਦਾ ਭਾਅ ਦੋਸਤੋ ਰਿਹਾ ਹੈ 4160 ਰੁਪਏ ਪ੍ਰਤੀ ਕੁਆਂਟਲ ਤੇ 18 47 ਦਾ ਭਾਅ ਜੇਕਰ ਗੱਲ ਕਰੀਏ ਤਾਂ ਇੱਥੇ 3950 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਲ ਹੀ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰ ਲੈਣੇ ਆ ਜਿੱਥੇ ਕੈਥਲ ਮੰਡੀ ਦਾ ਜਿਹੜਾ ਭਾਅ ਰਿਹਾ ਉਹ 17 18 ਦਾ ਭਾਅ ਰਿਹਾ 4795 ਰੁਪਏ ਪ੍ਰਤੀ ਕੁਆਂਟਲ ਡਲਤੇ 11 21 ਦਾ ਭਾ 4880 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦੇ ਭਾ ਦੀ ਜੇਕਰ ਗੱਲ ਕਰੀਏ ਤਾਂ 4810 ਰੁਪਏ ਪ੍ਰਤੀ ਕੁਆਂਟਲ ਰਿਹਾ ਭਾ ਤੇ ਨਰਵਾਣਾ ਮੰਡੀ ਦੇ ਵਿੱਚ 17 18 ਦਾ ਭਾ ਜਿਹੜਾ ਰਿਹਾ ਉਹ 4830 ਰੁਪਏ ਪ੍ਰਤੀ ਕੁਆਂਟਲ ਰਿਹਾ ਨਰੇਲਾ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਭਾ 4800 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਤੇ ਡਬਰਾ ਮੰਡੀ ਦੇ ਵਿੱਚ ਜਿਹੜਾ 1509 ਦਾ ਭਾ 3900 ਰੁਪਏ ਪ੍ਰਤੀ ਕੁਆਂਟਲ ਰਿਹਾ ਜੁਲਾਣਾ ਮੰਡੀ ਦੀ ਗੱਲ ਕਰ ਲੈਣੇ ਆ ਦੋਸਤੋ ਜਿੱਥੇ 1100 11 21 ਦਾ ਭਾ ਜਿਹੜਾ 4771 ਰੁਪਏ ਪ੍ਰਤੀ ਕੁਆਂਟਲ ਰਿਹਾ ਹੱਥ ਨਾਲ ਕਟਾਈ ਕੀਤੀ ਦਾ ਭਾ ਜਿਹੜਾ 4981 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਲ ਹੀ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੇ ਵਿੱਚ ਰਾਣੀਆਂ ਮੰਡੀ ਦੀ ਤਾਂ ਇੱਥੇ 1401 ਦਾ ਭਾ 4880 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾ 4031 ਰੁਪਏ ਪ੍ਰਤੀ ਕੁਆਂਟਲ ਰਿਹਾ ਜੇਕਰ ਗੱਲ ਕਰੀਏ ਬੇਰੀ ਮੰਡੀ ਦੀ ਤਾਂ 11 21 ਦਾ ਭਾਅ ਇੱਥੇ 4900 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾਅ 4000 ਰੁਪਏ ਪ੍ਰਤੀ ਕੁਆਂਟਲ ਰਿਹਾ। ਰੋहतक ਮੰਡੀ ਦੇ ਵਿੱਚ 11 21 ਦਾ ਭਾਅ 4900 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾਅ 4821 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਅੰਬਾਲਾ ਸਿਟੀ ਦੇ ਵਿੱਚ ਜੇਕਰ ਗੱਲ ਕਰੀਏ 11 21 ਦੇ ਭਾਅ ਦੀ ਤਾਂ 4951 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਭਾਅ ਸੀ ਜਿਹੜਾ 4800 ਰੁਪਏ ਪ੍ਰਤੀ ਕੁਆਂਟਲ ਰਿਹਾ। ਜੀਂਦ ਮੰਡੀ ਦੀ ਜੇਕਰ ਗੱਲ ਕਰੀਏ ਤਾਂ 17 18 ਦਾ ਭਾਅ 4850 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਇਹ ਸੀ ਦੋਸਤੋ ਅੱਜ ਦੀਆਂ ਪੰਜਾਬ ਤੇ ਹਰਿਆਣਾ ਦੀਆਂ ਕੁਝ ਖਾਸ ਮੰਡੀਆਂ ਦੇ ਭਾਅ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਭਾਅ ਨੇ ਹੁਣ ਕੀ ਚੱਲ ਰਹੇ ਨੇ ਧੰਨਵਾਦ